ਪਾਕਿਸਤਾਨ ਵੱਲੋਂ ਅਭਿਨੰਦਨ ਨੂੰ ਛੱਡਿਆ ਗਿਆ ਹੈ ਅਤੇ ਉਹਨਾਂ ਨੇ ਉਹਨੇ ਹੀ ਆਪਣੇ ਮੀਡੀਆ ਦੇ ਉੱਪਰ ਮਤਲਬ ਕਿ ਜਿਹੜੇ ਦੇਖੋ ਮੇਰਾ ਇਹ ਮੰਨਣਾ ਵਾ ਕਿ ਪਾਕਿਸਤਾਨ ਨੇ ਜੋ ਸਾਡੇ ਪਾਇਲਟ ਨੂੰ ਰਿਹਾ ਕੀਤਾ ਵਾ ਉਹਨਾਂ ਨੇ ਪਹਿਲਕਦਮੀ ਕੀਤੀ ਆ ਕਿ ਸ਼ਾਂਤੀ ਅਤੇ ਡਾਇਲੋਗ ਨਾਲ ਪਾਕਿਸਤਾਨ ਅਤੇ ਇੰਡੀਆ ਦਾ ਮਸਲਾ ਹੱਲ ਹੋਣਾ ਚਾਹੀਦਾ। ਬਹੁਤ ਸਾਰੇ ਲੋਕ ਜਿਹੜੇ ਜ਼ੀ ਹੋਸ਼ ਨੇ ਇਸ ਦੇਸ਼ ਦੇ ਵਿੱਚ ਉਹ ਸ਼ਾਂਤੀ ਦੇ ਮੁੱਦੇ ਹੀ ਨੇ। ਅਸੀਂ ਸਾਰੇ ਚਾਹੁੰਦੇ ਹਾਂ ਕਿ ਗੱਲਬਾਤ ਦੇ ਨਾਲ ਮਸਲਾ ਹੱਲ ਕਰੋ, ਕਿਉਂਕਿ ਦੋਨੋਂ ਦੇਸ਼ ਜਿਹੜੇ ਨੇ ਉਹ ਨਿਊਕਲੀਅਰ ਪਾਵਰਸ ਨੇ, ਦੋਨਾਂ ਦੇ ਕੋਲ ਬਟਨਾਂ ਦੇ ਉੱਤੇ ਭਾਰਤ ਅਤੇ ਪਾਕਿਸਤਾਨ ਦੀ ਤਬਾਹੀ ਦਾ ਕੰਟਰੋਲ ਆ। ਔਰ ਅਗਰ ਨਿਊਕਲੀਅਰ ਵਾਰ ਲੱਗਦੀ ਆ ਤਾਂ ਸਭ ਤੋਂ ਜ਼ਿਆਦਾ ਖਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪਵੇਗਾ। ਯਾਦ ਰਹੇ ਕਿ ਵਰਲਡ ਵਾਰ 1 ਔਰ ਵਰਲਡ ਵਾਰ 2 ਦੇ ਵਿੱਚ ਆਲਮੋਸਟ 8-9 ਕਰੋੜ ਲੋਕਾਂ ਦੀ ਜਾਨ ਗਈ ਸੀਗੀ। ਇਹ ਅੱਜ ਦੇ ਯੁੱਗ ਵਿੱਚ ਅਸੀਂ ਐਡਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਕਰਾ ਸਕਦੇ। ਇਸ ਲਈ ਜੋ ਵੀ ਮਸਲੇ ਨੇ ਭਾਰਤ ਅਤੇ ਪਾਕਿਸਤਾਨ ਦੇ ਉਹ ਗੱਲਬਾਤ ਦੇ ਨਾਲ ਹੱਲ ਹੋਣੇ ਚਾਹੀਦੇ। ਔਰ ਮੈਂ ਇਮਰਾਨ ਖਾਨ ਦਾ ਮੈਂ ਸਮਝਦਾ ਕਿ ਬਹੁਤ ਵੱਡੀ ਫਰਾਕ ਦਿਲੀ ਆ ਕਿ ਉਸਨੇ ਬਿਨਾਂ ਸ਼ਰਤ ਸਾਡੇ ਪਾਇਲਟ ਨੂੰ ਰਿਹਾਅ ਕੀਤਾ। ਔਰ ਆਪਣੇ ਮੀਡੀਆ ਨੂੰ ਮੈਂ ਕਹਿਣਾ ਚਾਹੁੰਦਾ ਕਿ ਮੀਡੀਆ ਨੂੰ ਵੀ ਥੋੜ੍ਹਾ ਕੌਸ਼ਨ ਅਤੇ ਥੋੜ੍ਹਾ ਰਿਸਟਰੇਂਟ ਵਰਤਣਾ ਚਾਹੀਦਾ ਵਾ। ਸਟੂਡੀਓਜ਼ ਦੇ ਵਿੱਚ ਬੈਠ ਕੇ ਇਸ ਤਰ੍ਹਾਂ ਦੀ ਸਿਚੁਏਸ਼ਨ ਕਿ ਲੜਾਈ ਹੋਣੀ ਚਾਹੀਦੀ ਆ, ਪਾਕਿਸਤਾਨ ਨੂੰ ਨਕਸ਼ੇ ਤੋਂ ਮੁਕਾ ਦਿਓ, ਯੁੱਧ ਕੋਈ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਹੈਗਾ। ਕਿਸੇ ਸਟੂਡੀਓ 'ਚ ਬਹਿ ਕੇ ਗੱਲ ਕਰਨੀ ਸੌਖੀ ਆ, ਲੇਕਿਨ ਸਾਡੇ ਜਵਾਨ ਜਦੋਂ ਸਰਹੱਦਾਂ 'ਤੇ ਮਰਦੇ ਨੇ ਜਾਂ ਆਮ ਜਨਤਾ ਮਰਦੀ ਆ, ਉਹ ਬਹੁਤ ਭਾਰੀ ਨੁਕਸਾਨ ਆ। ਸੋ ਵਾਰ ਹਿਸਟੇਰੀਆ ਕ੍ਰੀਏਟ ਕਰਨਾ ਇਜ਼ ਨਾਟ ਇਨ ਦੀ ਇੰਟਰਸਟ ਆਫ ਇੰਡੀਆ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।